सत श्री अकाल। तुसी देख रहे हो तख्त पंजाब। मैं तुहाडे नाल सुखविंदर सिंह। मेरे नाल उगे सियासी माहर प्रोफेसर जगरूप सिंह सेखों मौजूद ने। गलबात दा विशा किसानां ते सरकार दे दरमियान जिहड़ी मीटिंग हुई है, स्वागत है तुहाडा प्रोफेसर साहब। बहुत शुक्रिया जी। प्रोफेसर साहब, सरकार काफी हद तक किसानां दीआं मंगां मन चुकी है। 13 मंगां कहीआं सी, तकरीबन उच्चों 10-12 मंगां मन लईआं ने। इक अद्धी जिहड़ी केंद्र सरकार दे नाल गलबात करके रेट कोई बोनस दी गल है कणक दे उत्ते उहदी गल है, उह हले तय नहीं हुई। पर जिन्नी क गल समझ आउंदी है कि इह सब कासे दे लई पैसा चाहीदा है, खजाने च पैसा है नहीं, सरकार भरोसे ते भरोसा दे जांदी है, नोटिफिकेशन भी भावें जारी कर देण पर सवाल आ के पैसे ते मुकदा कि प्रबंध किद्दां होएगा। ना कोई खेती नीति है ते ना सरकार दे कोल कुछ जिवें कह लो कि पल्ले नहीं धेला करदी मेला मेला। बिल्कुल ठीक है तुहाडी गल, क्योंकि जिहड़ी इह नवीं सरकार आई आ, इन्होंने बहुत सारे जदों इलैक्शन दे विच तुसीं देखिआ सारीआं पार्टियां करदीआं रहीआं वा कि वादे कर लैंदीआं वा और मुड़ के जिहड़े वादे आ उह वफा नहीं हुंदे। ते उह आपां पिछलीआं सरकारां दी वेखिआ किड्डे वड्डे वड्डे वादे जिहड़े सीगे उह किसानां दे नाल, मजदूरां दे नाल, हर जिहड़ा तबका सी उहदे नाल कीते गए। पर दूसरे पासे जिहड़ा पंजाब दी जिहड़ी सच्चाई हैगी आ, जां पंजाब दे विच जिहड़ी तुसीं गल कीती आ कि रिसोर्सिज नूं किद्दां वधाउणा है, किद्दां उह जिहड़े रिसोर्सिज हैगे दी प्रॉपर यूटिलाइजेशन करनी आ, उहदा आपां हाल सारिआं ने वेख लिआ पिछले समें च किस तरीके नाल लगातार पंजाब दे सिर बहुत वड्डा जिहड़ा कर्जा जिहड़ा उह चढ़ गिआ और इन्नी ज़्यादा खलोत आ गई कि जिहड़ा पंजाब के इस समें दे विच 80ਆਂ ਦੇ ਵਿੱਚ ਇੱਕ ਲੀਡਿੰਗ ਸਟੇਟ ਹੁੰਦਾ ਸੀਗਾ, ਹੁਣ ਮੈਂ ਕਿਹਾ ਹੌਲੀ ਹੌਲੀ ਡਿੱਗਦਾ ਡਿੱਗਦਾ ਜਿਹੜਾ ਉਹ ਬਹੁਤ ਥੱਲੇ ਚਲਾ ਗਿਆ। ਇਹ ਸਰਕਾਰ ਨੇ ਵੀ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹ ਪਾਰਟੀ ਨੇ ਬਹੁਤ ਸਾਰੇ ਵਾਅਦੇ ਵੀ ਕੀਤੇ ਸੀਗੇ। ਇਹ ਗੱਲ ਵੀ ਜਿਹੜੀ ਹੈਗੀ ਆ ਪੱਕੀ ਆ ਕਿ ਇਸ ਕਿਸਾਨ ਦਾ ਇਹ ਸਰਕਾਰ ਦਾ ਤਾਕਤ ਦੇ ਵਿੱਚ ਆਉਣ ਦੇ ਵਿੱਚ ਕਿਸਾਨੀ ਦਾ ਬਹੁਤ ਵੱਡਾ ਹੱਥ ਹੈ, ਖਾਸ ਕਰਕੇ ਛੋਟੀ ਕਿਸਾਨੀ ਦਾ ਬਹੁਤ ਵੱਡਾ ਹੱਥ ਹੈ। ਔਰ ਇਹਨੂੰ ਆਸ ਸੀਗੀ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਸ ਕਿਸਮ ਦੀ ਉਹਨਾਂ ਨੇ ਉਹਨੂੰ ਕਹਿ ਦਈਏ ਕਿ ਰਾਜਨੀਤਿਕ ਬਦਫੈਲੀ ਜਿਹੜੀ ਸੀ ਉਹਨਾਂ ਦੇ ਰਜੀਮ ਦੇ ਵਿੱਚ ਹੈਗੀ ਸੀਗੀ ਕਿ ਇੱਥੇ ਆਣ ਕੇ ਉਹ ਠੀਕ ਹੋਊਗਾ। ਪਰ ਪੰਜਾਬ ਇਸ ਵੇਲੇ ਹਰ ਪਾਸੇ, ਚਾਹੇ ਉਹ ਕਰਜ਼ੇ ਦਾ ਮੱਕੜ ਜਾਲ ਹੈ, ਚਾਹੇ ਉਹ ਮਿਸਮੈਨੇਜਮੈਂਟ ਦੀ ਗੱਲ ਹੈਗੀ ਆ, ਚਾਹੇ ਰਿਸੋਰਸਿਸ ਦਾ ਜਿਹੜੀ ਵੇਸਟੇਜ ਵਾਲੀ ਗੱਲ ਹੈਗੀ ਆ, ਚਾਹੇ ਨਵੇਂ ਰਿਸੋਰਸਿਸ ਨੂੰ ਪੈਦਾ ਕਰਨ ਵਾਸਤੇ ਨਵੇਂ ਤਰੀਕੇ ਲੱਭਣ ਵਾਲੀ ਗੱਲ ਹੈਗੀ ਆ, ਉਹ ਸਾਰੇ ਦੇ ਵਿੱਚ ਜਿਹੜਾ ਹੈਗਾ ਜੇ ਬਹੁਤ ਵੱਡਾ ਜਿਹੜਾ ਚੈਲੰਜ ਹੈ, ਬਹੁਤ ਵੱਡੀ ਉਹਦੇ ਸਾਹਮਣੇ ਜਿਹੜੀ ਹੈਗੀ ਆ ਕਿਸਮ ਦੀ ਪਹਾੜ ਜਿੰਨੀਆਂ ਮੁਸ਼ਕਲਾਂ ਸਾਹਮਣੇ ਖੜੀਆਂ। ਦੂਸਰੇ ਪਾਸੇ ਕਿਸਾਨ ਹੈ, ਕਿਉਂਕਿ ਪੰਜਾਬ ਦੀ ਜਿਹੜੀ ਸਭ ਤੋਂ ਜਿਹੜੀ ਮੈਂ ਕਹਿੰਦਾ ਕਿ ਮੰਦਭਾਗੀ ਗੱਲ ਹੈ ਕਿ ਖੇਤੀਬਾੜੀ ਇੱਕ ਬਹੁਤ ਵੱਡੀ ਜਿਹੜੀ ਆਬਾਦੀ ਹੈਗੀ ਆ, ਸ਼ਾਇਦ 2/3 ਆਬਾਦੀ ਆ ਉਹਦੀ ਰੋਟੀ ਰੋਜ਼ੀ ਜਿਹੜੀ ਆ ਉਹ ਖੇਤੀ 'ਤੇ ਡਿਪੈਂਡੈਂਟ ਆ। ਔਰ ਖੇਤੀ ਸਾਡੀ ਪਹਿਲੇ ਸਮੇਂ ਦੇ ਵਿੱਚ ਉਹ ਕੋਈ ਸਰਕਾਰ ਦੀਆਂ ਨੀਤੀਆਂ ਕਰਕੇ, ਕੁਝ ਸਾਡੇ ਕਿਸਾਨਾਂ ਦਾ ਵੀ ਆਪਣੇ ਤੌਰ 'ਤੇ ਕੋਈ ਇਨੀਸ਼ੀਏਟਿਵ ਨਾ ਲੈਣ ਦੇ ਤੌਰ ਦੇ ਉੱਤੇ, ਜਾਂ ਹੋਰ ਬਹੁਤ ਸਾਰੇ ਕਾਰਨਾਂ ਕਰਕੇ, ਜਾਂ ਜ਼ਮੀਨਾਂ ਦੇ ਸਾਈਜ਼ ਘੱਟ ਹੋਣ ਦੇ ਨਾਲ ਵੀ ਕਰਕੇ, ਜਾਂ ਇਸ ਕਿਸਮ ਦੀਆਂ ਕਈ ਹੋਰ ਦੁਸ਼ਵਾਰੀਆਂ ਕਰਕੇ ਕਿਸਾਨੀ ਜਿਹੜੀ ਹੈਗੀ ਉਹ ਬਹੁਤ ਘਾਟੇ ਵਾਲਾ ਸੌਦਾ ਬਣ ਕੇ ਬਹਿ ਗਈ ਆ। ਅਤੇ ਹੁਣ ਆਸ ਜਿਹੜੀ ਆ ਕਿਸਾਨ ਜਿਹੜੇ ਆ ਕਿਸਾਨ ਜਿਹੜੀ ਜਥੇਬੰਦੀਆਂ ਹੈਗੀਆਂ, ਉਹਨੂੰ ਲੱਗਦਾ ਵੀ ਸਰਕਾਰ ਸ਼ਾਇਦ ਨਵੀਂ ਸਰਕਾਰ ਆਈ ਆ ਅਤੇ ਨਵੀਂ ਸਰਕਾਰ ਆਉਣ ਦੇ ਨਾਲ ਪਤਾ ਨਹੀਂ ਇਹਦੇ ਕੋਲ ਕੀ ਜਾਦੂ ਦੀ ਛੜੀ ਹੋਊਗੀ ਵੀ ਜਿਹੜੇ ਸਾਰੇ ਦੇ ਸਾਰੇ ਮਸਲੇ ਜਿਹੜੇ ਆ ਉਹ ਇੱਕਦਮ ਹੱਲ ਕਰ ਦੇਊਗੀ। ਤੁਸੀਂ ਗੱਲ ਕੀਤੀ ਆ 13 ਜਿਹੜੀਆਂ ਮੰਗਾਂ ਦੀ ਗੱਲ ਕੀਤੀ ਆ, ਜਿਹਦੇ 'ਤੇ ਹੁਣ ਖਬਰ ਆ ਰਹੀ ਆ ਕਿ 12 'ਤੇ ਸਹਿਮਤੀ ਬਣ ਗਈ ਆ, 13ਵੀਂ 'ਤੇ ਸਹਿਮਤੀ ਨਹੀਂ ਬਣੀ। ਗੱਲ ਤੁਹਾਡੀ ਉਹ ਠੀਕ ਆ ਕਿ ਜੇ 12 'ਤੇ ਸਹਿਮਤੀ ਬਣ ਜਾਂਦੀ, ਕਿਉਂਕਿ ਸਰਕਾਰ ਨੂੰ ਬਣੀ ਨੂੰ 2 ਮਹੀਨੇ ਹੋਏ ਆ, ਸਰਕਾਰ ਲਈ ਹੋਰ ਬਹੁਤ ਸਾਰੇ ਮੁੱਦੇ ਜਿਹੜੇ ਖੜ੍ਹੇ ਹੋ ਰਹੇ ਆ। ਸਰਕਾਰ ਲਈ ਇਸ ਵੇਲੇ ਸਭ ਤੋਂ ਮੁੱਦਾ ਜਿਹੜਾ ਹੈ ਜਿਹੜੀਆਂ ਖਾਸ ਕਰਕੇ ਪਹਿਲੇ ਸਮੇਂ 'ਚ ਜਿਹੜੀਆਂ ਅਣਸਿਖਾਈਆਂ ਘਟਨਾਵਾਂ ਹੋਈਆਂ ਔਰ ਜਿਸ ਤਰੀਕੇ ਦਾ ਜਿਹੜਾ ਡਿਵੈਲਪਮੈਂਟ ਹੋ ਰਹੀ ਪੰਜਾਬ ਦੇ ਵਿੱਚ, ਜਿਹਨੂੰ ਲੋਕ ਫਿਰ ਕਈ ਲੋਕ ਦਾ ਵੀ ਪੁਆਇੰਟ ਆਊਟ ਕਰਦੇ ਆ, ਖਾਸ ਕਰਕੇ ਜਿਹੜੇ ਦਿੱਲੀ 'ਚ ਬੈਠੇ ਲੋਕ ਹੈਗੇ ਆ ਕਿ ਸ਼ਾਇਦ ਦੇ ਪੰਜਾਬ ਦੇ ਵਿੱਚ ਕੋਈ ਫਿਰ ਨਵਾਂ ਵਰਤਾਰਾ ਜਿਹੜਾ ਉਸ ਕਿਸਮ ਦਾ ਜਿਹੜਾ 70s ਦੇ ਵਿੱਚ 80 ਸ਼ੁਰੂ ਹੋਇਆ ਸੀ ਉਹ ਸ਼ੁਰੂ ਨਾ ਹੋ ਜਾਵੇ। ਇਹਦੇ ਨਾਲ ਨਾਲ ਤੁਸੀਂ ਦੇਖੋ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਸਮੱਸਿਆ ਖੜੀ ਹੈਗੀ ਆ। ਮੇਰਾ ਕਹਿਣ ਤੋਂ ਭਾਵ ਹੈਗਾ ਜੇ ਕਿਸਾਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ, ਕਿਉਂਕਿ ਝੋਨਾ ਆਉਣ ਵਾਲਾ ਹੈ, 2 ਫਸਲਾਂ ਹੈ, ਉਹਨਾਂ ਦੀ ਵੀ ਆਪਣੀ ਮਜਬੂਰੀ ਇਸ ਕਰਕੇ ਵੀ ਹੈ ਕਿ ਕਿਸਾਨੀ ਇਸ ਵੇਲੇ ਜਿਹੜੀ ਹੈਗੀ ਉਹ ਬਿਲਕੁਲ ਨੂੰ ਕਹਿੰਦੇ ਨਾ ਜਿਹੜਾ ਕਟਿੰਗ ਐਜ ਵਾਲੇ ਪਾਸੇ ਪਹੁੰਚ ਚੁੱਕੀ ਆ, ਆਮਦਨ ਦੇ ਸਾਧਨ ਘੱਟ ਗਏ ਆ, ਕਣਕ ਦੀ ਪੈਦਾਵਾਰ 20-25% ਜਿਹੜੀ ਉਹ ਘੱਟ ਗਈ ਆ, ਔਰ ਇਹਦੇ ਨਾਲ ਨਾਲ ਗਾਂ ਹੁਣ ਅਗਲੀ ਫਸਲ ਆਉਣ ਵਾਲੀ ਆ, ਜੇ ਕੋਈ ਆਲਟਰਨੇਟਿਵ ਫਸਲ ਬੀਜਦੇ ਆ ਤਾਂ ਉਹ ਫਸਲ ਦਾ ਕੋਈ ਉਹਨਾਂ ਨੂੰ ਮੁਆਵਜ਼ਾ ਜਿਹੜਾ ਇਨਸ਼ੋਰ ਨਹੀਂ ਹੁੰਦਾ। ਪੰਜਾਬ ਨੇ ਤਿਆਰ ਰਹਿੰਦਾ ਹੈ, ਇੱਕ ਸਮੇਂ ਤੁਸੀਂ ਦੇਖਿਆ ਹੋਣਾ 90s ਦੇ ਵਿੱਚ ਸੂਰਜਮੁਖੀ ਦੀ ਆਪਾਂ ਗੱਲ ਕੀਤੀ ਸੀ, ਮੱਕੀ ਦੀ ਆਪਾਂ ਗੱਲ ਕੀਤੀ ਸੀਗੀ, ਜਾਂ ਹੋਰ ਫਸਲਾਂ ਦੀ ਗੱਲ ਕੀਤੀ ਸੀ, ਖਰੀਦਦਾਰ ਕੋਈ ਨਹੀਂ ਹੈ। ਤਾਂ ਖਰੀਦ ਦੀ ਬੇਸਿਕਲੀ ਜਿਹੜੀ ਹੈਗੀ ਉਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਕੋਲ ਜੋ ਅੱਜ ਉਹ ਗਰੰਟੀ ਦੇ ਵੀ ਦੇਣਗੇ ਇਸ ਵੇਲੇ, ਜਦੋਂ ਕਿ ਉਹਦੇ ਕੋਲ ਹੋਰ ਬਹੁਤ ਸਾਰੀਆਂ ਦੇਣਦਾਰੀਆਂ ਹੈ ਕਿ ਉਹ ਜਿਹੜੀ ਉਹ ਖਰੀਦਦਾਰੀ ਜਿਹੜੀ ਉਹਦੇ ਵਿੱਚ ਕਰ ਲੂ। ਮਾਰਕੀਟ ਸਾਡੀ ਐਡੀ
ਇੱਕ ਕਿਸਮ ਦੀ ਉਹ 'ਚ ਲੁਕਣ ਮਿਚੀ ਹੈਗੀ ਆ ਕਿ ਜੇ ਥੋੜ੍ਹੀ ਵੀ ਪੈਦਾਵਾਰ ਜ਼ਿਆਦਾ ਹੋ ਜਾਂਦੀ ਆ ਤਾਂ ਇੱਕਦਮ ਕੀਮਤਾਂ ਥੱਲੇ ਡਿੱਗ ਪੈਂਦੀਆਂ, ਜੇ ਪੈਦਾਵਾਰ ਘੱਟ ਹੁੰਦੀ ਆ ਤਾਂ ਕੀਮਤਾਂ ਵੱਧ ਜਾਂਦੀਆਂ। ਕਿਸਾਨ ਜਿਹੜੇ ਹੈਗੇ ਉਹਨਾਂ ਨੂੰ ਲੱਗਦਾ ਵੀ ਜਿਹਦੀਆਂ ਕੀਮਤਾਂ ਇਸ ਵੇਲੇ ਘੱਟ ਵਾ ਅਗਲੀ ਵਾਰ ਉਹ ਸਾਰੇ ਤਕਰੀਬ ਬਹੁਤ ਬਹੁਤੇ ਉਸ ਪਾਸੇ ਵੱਲ ਚੱਲ ਜਾਂਦੇ ਆ, ਉਹ ਕੀਮਤਾਂ ਫਿਰ ਥੱਲੇ ਆ ਜਾਂਦੀਆਂ। ਇਹਦਾ ਮਤਲਬ ਇਹ ਆ ਕਿ ਪਿਛਲੇ 30 ਸਾਲਾਂ ਤੋਂ ਜਾਂ 40 ਸਾਲਾਂ ਤੋਂ ਜਾਂ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਜਿਸ ਕਿਸਮ ਦਾ ਸਾਨੂੰ ਇੱਕ ਐਗਰੀਕਲਚਰ ਦਾ ਮਾਡਲ ਚਾਹੀਦਾ ਸੀਗਾ, ਚਾਹੇ ਉਹ ਡਾਇਵਰਸੀਫਿਕੇਸ਼ਨ ਵਾਲਾ ਸੀਗਾ, ਚਾਹੇ ਵੈਲਿਊਏਡ ਵਾਲਾ ਸੀਗਾ, ਚਾਹੇ ਇਹਦੇ ਵਿੱਚ ਕੋਈ ਟੈਕਨੋਲੋਜੀਕਲ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਤਾਂ ਕਿ ਕਿਸਾਨਾਂ ਨੂੰ ਆਪਸ਼ਨ ਦਿੱਤੀ ਜਾਵੇ, ਤਾਂ ਕਿ ਕਿਸਾਨਾਂ ਲਈ ਜਿਹੜਾ ਹੈਗਾ ਉਹਦੇ ਨਾਲ ਹੋਰ ਰੁਜ਼ਗਾਰ ਪੈਦਾ ਕੀਤਾ ਜਾਵੇ। ਪਰ ਇਹ ਹੋ ਨਹੀਂ ਸਕਿਆ ਕਿਉਂਕਿ ਜਿਸ ਕਿਸਮ ਦੀਆਂ ਪਾਲਿਸੀਆਂ ਪਹਿਲੇ ਸਮੇਂ ਸਰਕਾਰਾਂ ਦੀਆਂ ਬਣਦੀਆਂ ਨੇ, ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਹੁਣ ਇਸ ਵੇਲੇ ਜਿੱਦਾਂ ਕਹਿੰਦੇ ਨਾ ਵੀ ਸਿਰ ਦੇ ਉੱਤੋਂ ਪਾਣੀ ਲੰਘ ਗਿਆ, ਕਿਸਾਨ ਵੀ ਦੁਖੀ ਆ, ਪਿਛਲੇ ਸਮੇਂ 'ਚ ਉਹਨਾਂ ਨੇ ਬਹੁਤ ਵੱਡੀ ਐਜੀਟੇਸ਼ਨ ਵੀ ਲੜੀ ਆ, ਉਹਦੇ ਕਰਕੇ ਉਹਨਾਂ ਦੇ ਹੌਸਲੇ ਵੀ ਬਹੁਤ ਬੁਲੰਦ ਵਾ, ਔਰ ਇਹ ਸਰਕਾਰ ਨੂੰ ਵੀ ਲੱਗਦਾ ਹੈ ਕਿ ਇਹਨਾਂ ਨਾਲ ਪੰਗਾ ਲੈ ਕੇ ਜਿਹੜਾ ਵਾ ਉਹ ਅਸੀਂ ਬਹੁਤਾ ਲੰਮਾ ਸਮਾਂ ਚੱਲ ਨਹੀਂ ਸਕਦੇ। ਜਿੱਦਾਂ ਤੁਸੀਂ ਦੇਖਿਆ ਵੀ ਉਹ ਟਰਾਲੀਆਂ ਲੈ ਕੇ ਆ ਗਏ ਸੀਗੀਆਂ, ਤਾਂ ਕਿਸਾਨ ਖਾਸ ਕਰਕੇ ਜਿਹੜੀਆਂ ਕਿਸਾਨਾਂ ਦੀ ਜਿਹੜੀ ਖਾਸ ਕਰਕੇ ਜਿਹੜੀ ਹੜਤਾਲਾਂ ਵੀ ਹੈਗੀਆਂ ਜਾਂ ਕਿਸਾਨਾਂ ਦੀ ਜਿਹੜੀ ਮੰਗਾਂ ਵੀ ਹੈਗੀਆਂ ਵਾ ਉਹ ਕਿਸੇ ਵੀ ਜਿਹੜੀ ਸਰਕਾਰ ਲਈ ਜਿਹੜੀ ਗਲੇ ਦੀ ਹੱਡੀ ਬਣ ਸਕਦੀ ਆ। ਪਰ ਇਹਦੇ ਨਾਲ ਨਾਲ ਮੈਨੂੰ ਇਹ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਉਹ ਜਿਹੜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਜਾਂ ਬੀਜੇਪੀ ਵਾਲੇ ਕਹਿੰਦੇ ਆ ਵੀ ਕਿਸਾਨਾਂ ਦੀਆਂ ਮੰਗਾਂ ਹੱਲ ਹੋਣੀ ਚਾਹੀਦੀਆਂ, ਅਕਾਲੀ ਦਲ ਵਾਲੇ ਕਹਿ ਰਹੇ ਆ, ਕਾਂਗਰਸ ਵਾਲੇ ਕਹਿ ਰਹੇ ਆ ਕਿ ਇੱਕ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਬਹੁਤ ਵੱਡਾ ਖਿਲਾਰਾ ਹੈ, ਬਹੁਤ ਵੱਡੇ ਚੈਲੰਜਸ ਹੈ। ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਜਿਹੜੀ ਹੈਗੀ ਆ ਕਿ ਜਿਹੜੀ ਉਹ ਇਹਨਾਂ ਦੇ ਨਾਲ ਕਿੱਦਾਂ ਨਜਿੱਠੂਗੀ। ਜੇ ਨਜਿੱਠਦੀ ਵੀ ਹੈਗੀ ਆ ਜਾਂ ਉਹਨਾਂ ਨਾਲ ਵਾਅਦੇ ਕਰਦੇ ਆ, ਜੇ ਉਹ ਵਾਅਦੇ ਕੱਲ੍ਹ ਨੂੰ ਪੂਰੇ ਨਹੀਂ ਹੁੰਦੇ ਤਾਂ ਉਹਦੇ ਲਈ ਹੋਰ ਕਈ ਕਿਸਮ ਦੀਆਂ ਜਿਹੜੀਆਂ ਹੈਗੀਆਂ ਸਮੱਸਿਆ ਖੜੀਆਂ ਹੋਣਗੀਆਂ, ਕਿਉਂਕਿ ਦੂਸਰੀਆਂ ਪਾਰਟੀਆਂ ਜਿਹੜੀਆਂ ਪਾਰਟੀਆਂ ਨੂੰ ਲੋਕਾਂ ਨੇ ਇਹਨਾਂ ਇਲੈਕਸ਼ਨ ਦੇ ਵਿੱਚ ਜਿੱਦਾਂ ਪੰਜਾਬੀ 'ਚ ਕਹਿ ਦਈਏ ਧੋ ਕੇ ਰੱਖ ਦਿੱਤਾ, ਉਹ ਐਕਟਿਵ ਹੋ ਰਹੀਆਂ, ਉਹ ਸਾਰੇ ਹੱਥ ਕੰਡੇ ਵਰਤਣਗੇ ਕਿਉਂਕਿ ਉਹ ਚੈਰੀਟੇਬਲ ਔਰਗਨਾਈਜੇਸ਼ਨ ਤਾਂ ਹੈ ਨਹੀਂ ਗੀਆਂ, ਪਾਵਰ ਲਈ ਫਿਰ ਉਹ ਜਿਹੜਾ ਹੈਗਾ ਉਹ ਤਕੜੀਆਂ ਹੋਣਗੀਆਂ, ਅੱਗੇ ਆਉਣਗੀਆਂ, ਕਿਉਂਕਿ ਇਹ ਵੀ ਗੱਲ ਠੀਕ ਹੈਗਾ ਕਿ ਲੋਕ ਕਿਸੇ ਦੇ ਪਰਮਾਨੈਂਟ ਲਾਈ ਨਹੀਂ ਹੈਗੇ। ਜੇ ਇਸ ਵਾਰ ਇਹਨਾਂ ਨੂੰ ਵੋਟਾਂ ਦਿੱਤੀਆਂ ਉਹ ਇਸ ਕਰਕੇ ਦਿੱਤੀਆਂ ਕਿ ਬਹੁਤ ਵੱਡੀਆਂ ਆਸਾਂ ਸੀਗੀਆਂ, ਔਰ ਇਹ ਸਰਕਾਰ ਨੇ ਜੇ ਆਸਾਂ ਖਾਸ ਕਰਕੇ ਜੇ ਪੂਰੀਆਂ ਨਹੀਂ ਹੁੰਦੀਆਂ, ਕਿਉਂਕਿ ਬਹੁਤ ਸਾਰੀਆਂ ਆਸਾਂ ਸਾਡੀਆਂ ਇਮੈਜੀਨੇਟ ਵੀ ਹੋ ਜਾਂਦੀਆਂ, ਬਹੁਤ ਸਾਰੀਆਂ ਆਸਾਂ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਅਸੀਂ ਕਹਿੰਦੇ ਸਭ ਕੁਝ ਸਰਕਾਰ ਕਰੂਗੀ, ਕੀ ਸਰਕਾਰ ਦੇ ਭਾਂਡੇ ਦੇ ਵਿੱਚ ਉਹਨਾਂ ਜਿਹੜਾ ਹੈਗਾ ਵਾ ਰਿਸੋਰਸਿਸ ਹੈਗੇ ਆ ਜਾਂ ਉਹਦੀ ਇੰਨੀ ਪਹੁੰਚ ਹੈਗੀ ਆ ਜਾਂ ਉਹਦੀ ਇੰਨੀ ਵਿਲ ਦੀ ਵੀ ਆਪਾਂ ਜੇ ਗੱਲ ਕਰੀਏ, ਵਿਲ ਵੀ ਤਾਂ ਹੁੰਦੀ ਆ ਜੇ ਤੁਹਾਡੇ ਪੱਲੇ ਕੁਛ ਹੋਵੇ ਨਾ, ਤਾਂ ਤੁਸੀਂ ਉਹ ਕਿਸੇ ਚੀਜ਼ ਨੂੰ ਲੌਜੀਕਲ ਐਂਡ ਤੱਕ ਲੈ ਸਕਦੇ ਜੋ। ਤੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਇਹ ਬਹੁਤ ਹੀ ਇੱਕ ਕਿਸਮ ਦੀ ਜਿਹੜੀ ਸਥਿਤੀ ਹੈ, ਅਸੀਂ ਉਸ ਕ੍ਰੋਸ ਰੋਡ 'ਤੇ ਖੜ੍ਹੇ ਹਾਂ ਕਿ ਜਿਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਕਿਸਾਨਾਂ ਨੂੰ ਵੀ ਥੋੜ੍ਹਾ ਜਿਹਾ ਇਹ ਚੀਜ਼ ਦੇਖਣ ਦੀ ਲੋੜ ਹੈਗੀ ਆ। ਸਾਰੀਆਂ ਚੀਜ਼ਾਂ ਪੰਜਾਬ ਸਰਕਾਰ ਦੇ ਹੱਥ 'ਚ ਨਹੀਂ ਹੈਗੀਆਂ, ਰਿਸੋਰਸਿਸ ਬਹੁਤ ਲਿਮਿਟਡ ਹੈ, ਕੇਂਦਰ ਸਰਕਾਰ ਦੇ ਅਧਿਕਾਰ ਬਹੁਤ ਵੱਧ ਗਏ ਪਿਛਲੇ ਸਮੇਂ ਦੇ ਵਿੱਚ, ਖਾਸ ਕਰਕੇ ਜਦੋਂ ਲਿਬਰਲਾਈਜੇਸ਼ਨ ਆਈ ਆ, ਸਾਰੀ ਇਕਨੋਮੀ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਆ, ਔਰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਇਹ ਸਰਕਾਰ ਨੇ ਖੇਤੀ ਕਾਨੂੰਨ ਬਣਾਏ ਸੀ, ਮੈਨੂੰ ਤਾਂ ਲੱਗਦਾ ਕਿ ਜਿਹੜੀਆਂ ਸਟੇਟਾਂ ਦੇ ਕੋਲ ਆਪਣੇ ਰਿਸੋਰਸਿਸ ਨਹੀਂ ਹੈ, ਜਿਹੜੀਆਂ ਸਟੇਟਾਂ ਦੇ ਕੋਲ ਆਪਣਾ ਕੋਈ ਪਾਵਰ ਪੋਟੈਂਸ਼ੀਅਲ ਨਹੀਂ ਹੈ, ਉਹ ਇਹਨਾਂ ਕੇਂਦਰ ਸਰਕਾਰ ਦੀਆਂ ਅੱਖਾਂ ਦੇ ਵਿੱਚੋਂ ਮਿਊਂਸਪੈਲਿਟੀ ਤੋਂ ਵੱਧ ਨਹੀਂ ਹੈਗੀਆਂ, ਮਿਊਂਸਪਲ ਕਮੇਟੀ ਤੋਂ ਵੱਧ ਨਹੀਂ ਹੈਗੀਆਂ, ਕਿਉਂਕਿ ਤੁਸੀਂ ਹਰ ਗੱਲ ਦੇ ਉੱਤੇ ਉਹਨਾਂ 'ਤੇ ਡਿਪੈਂਡੈਂਟ ਹੋ। ਪੰਜਾਬ ਦੇ ਹੋਰ ਬਹੁਤ ਮਸਲੇ ਆ, ਬਾਰਡਰ ਸਟੇਟ ਵੀ ਹੈਗੀ ਆ, ਉਹਦੇ ਵੀ ਕਈ ਕਿਸਮ ਦੇ ਤੌਖਲੇ ਖੜ੍ਹੇ ਕਰਦੀ ਆ, ਇਹਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਰਾਜਨੀਤੀ ਹੈਗੀ, ਖਾਸ ਕਰਕੇ ਕੁਝ ਪਾਰਟੀਆਂ ਲੱਗੀਆਂ ਪਈਆਂ ਵੀ ਇਹਦੀ ਜਿਹੜੀ ਖਾਸ ਕਰਕੇ ਜਿਹੜੀ ਦਿੱਖ ਸੀ ਜਾਂ ਪਿਛਲੀਆਂ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿੱਦਾਂ ਫਤਵਾ ਦਿੱਤਾ ਵਾ, ਉਹਨੂੰ ਫਿਰ ਦੁਬਾਰਾ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਧਰਮ ਦੇ ਆਧਾਰ ਦੇ ਉੱਤੇ, ਜਾਤੀ ਦੇ ਆਧਾਰ ਦੇ ਉੱਤੇ। ਔਰ ਸਭ ਤੋਂ ਵੱਡਾ ਖਤਰਾ ਇਹ ਆ ਕਿ ਕਿਤੇ ਅਪੋਜੀਸ਼ਨ ਪਾਰਟੀਆਂ ਕਿਸਾਨੀ ਵਰਸਿਸ ਰੈਸਟ ਆਫ ਦੀ ਪਾਪੂਲੇਸ਼ਨ ਉਸ ਪਾਸੇ ਨਾ ਚੱਲ ਸਕਣ, ਕਿਉਂਕਿ ਇਹ ਗੱਲ ਬੜੀ ਪੱਕੀ ਹੈਗੀ ਆ ਕਿ ਇਸ ਜਿਹੜੀ ਕਿਸਾਨ ਜਿਹੜੀ ਹੁਣ ਕੱਲ੍ਹ ਬੈਠੇ ਸੀ ਉਹ 'ਚ 23 ਜਥੇਬੰਦੀਆਂ ਹੈ, ਕਾਫੀ ਵੱਡੀਆਂ ਜਥੇਬੰਦੀਆਂ ਉਹਦੇ ਵਿੱਚ ਨਹੀਂ ਹੈਗੀਆਂ, ਔਰ ਉਹ ਜਥੇਬੰਦੀਆਂ ਵਾ ਜਿਨ੍ਹਾਂ ਦੀ ਵਿਜ਼ੀਬਿਲਟੀ ਜ਼ਿਆਦਾ ਹੈਗੀ ਆ, ਇਹਨਾਂ 'ਚ ਇਹੋ ਜਿਹੀਆਂ ਜਥੇਬੰਦੀਆਂ ਹੈਗੀਆਂ ਵੀ ਜਿਹੜੀਆਂ ਖਾਸ ਕਰਕੇ ਸਭ ਨੂੰ ਪਤਾ ਹੈ ਵੀ ਇਹ ਕਿਸ ਕਿਸਾਨੀ ਨੂੰ ਰੀਪ੍ਰਜੈਂਟ ਕਰਦੀਆਂ। ਤੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਵੀ ਇਹਨਾਂ ਨੂੰ ਦੇਖਣ ਦੀ ਲੋੜ ਹੈਗੀ ਆ, ਕਿਸਾਨਾਂ ਦੀ ਯੂਨਿਟੀ ਨੂੰ ਬਣਾਈ ਰੱਖਣ ਦੀ ਲੋੜ ਹੈਗੀ ਆ, ਅਤੇ ਜੇ ਉਹ ਜਥੇਬੰਦੀਆਂ ਕੁਝ ਜਥੇਬੰਦੀਆਂ ਨਾਲ ਨਹੀਂ ਤੁਰਦੀਆਂ ਜਾਂ ਉਹਨਾਂ ਦਾ ਆਪਣਾ ਪੈਂਤੜਾ ਹੈਗਾ, ਅਤੇ ਹੋ ਸਕਦਾ ਹੋਰ 10-15 ਸਾਲਾਂ ਨੂੰ ਸੋਚਣ ਦੀ ਲੋੜ, 5 ਦਿਨਾਂ ਨੂੰ 10-20 ਨੂੰ ਸੋਚਣ ਦੀ ਲੋੜ ਹੈ ਕਿ ਜੇ ਮੋਰਚਾ ਲਾਉਂਦੇ ਆ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਸੀਗਾ ਕਿ ਉਹ ਮੋਰਚਾ ਕਿੰਨਾ ਕੁ ਲੰਮਾ ਸਸਟੇਨ ਕਰਦਾ। ਮੈਨੂੰ ਡਰ ਇਸੇ ਗੱਲ ਦਾ ਹੈਗਾ ਕਿ ਜਿਹੜੀ ਦੂਸਰੀ ਆਬਾਦੀ ਹੈਗੀ ਆ, ਜਿਹੜੀ ਖਾਸ ਕਰਕੇ ਨੌਨ ਕਿਸਾਨੀ ਆਬਾਦੀ ਹੈਗੀ ਆ, ਉਹਨਾਂ ਦਾ ਐਟੀਚਿਊਡ ਜਿਹੜਾ ਕਿਤੇ ਇਹ ਨਾ ਹੋਵੇ ਕਿ ਕਿਸਾਨਾਂ ਪ੍ਰਤੀ ਵੀ ਹੋਰ ਕਿਸਮ ਦਾ ਹੋ ਜਾਵੇ, ਜਾਂ ਜਿਹੜੀ ਸਰਕਾਰ ਹੈਗੀ ਆ ਇਹਦੇ ਉੱਤੇ ਦੋਸ਼ ਲੱਗਣੇ ਸ਼ੁਰੂ ਹੋ ਜਾਣ ਕਿ ਸਿਰਫ ਉਹਨਾਂ ਦੀ ਪਰਵਾਹ ਕਰਦੀ ਆ, ਕਿਉਂਕਿ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਨੂੰ ਜਿਹੜੀਆਂ ਵੋਟਾਂ ਚਾਹੀਦੀਆਂ ਹੁੰਦੀਆਂ ਉਹਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਸਰਕਾਰ ਨੂੰ, ਕਿਸਾਨ ਜਥੇਬੰਦੀਆਂ ਨੂੰ, ਚੰਗੀ ਗੱਲ ਆ
शुरुआत नवी शुरुआत मैं नहीं कहता भी बहुत चंगी शुरुआत है नवी शुरुआत है आल्टरनेटिव जी खास करके पार्टी आई आ जे आल्टरनेटिव पॉलिटिक्स की गल करते अगे लैके तुरद आ एकदम लोगों को मिल लेंगे चीफ मिनिस्टर एकदम कहता किसानों मैं मिल लेना ज जिस तरीके का इमेजिस दिता है ज जिस तरीके की जी खास करके इस वे सरकार की लगती आ कि बनत्र भी हैगी परफॉर्मेंस हैगी लगता है कि इनू थोड़ा होर स्टेबल होने की भी लोड़ है और साढ़े सारे का फर्ज बनता भी इन स्टेबल किया जा सके कि जेडे पंजाब के जेडे स्ट्रक्चरल क्राइसिस है चाहे वह खेतीबाड़ी का है चाहे वातावरण का है चाहे रुजगार का है चाहे वह तुहाडा पढ़ाई लिखाई का है चाहे वह सेहत का है चाहे होर इस किस्म के इशूज है चाहे ड्रग वाला इशू है गैंगस्टर वाला इशू है लॉ एंड ऑर्डर का इशू है ज होर बहुत सारे मसले जोड़े आना जोड़ा है हल करने की दिशा के तोरिया जाए उस काम किसानों और किसानी अपने मुद्दे नाल नाल लैके वो जो मुद्दे है समाजिक मुद्दे वो उत्ते भी जी है सार्थक एक जी मिलवरतन वाली पहुँच जी दिखाई मैं लगता जरूरी है जी प्रोफेसर साहब जितों तक सवाल मूंगी ते मक्की दा है जा बासमती दा है सरकार भरोसा तो दे रही है कि असी एक एक दाना चुकांगे तुसी बीजो ते सही पर गल उत्थी आ जांदी है कि खर्चा किन्ना कौना अगे बजट भी इन्होंने हाले पेश करना उत्थों ही पता लग जाए किन्ना क पैसा हुण खेती लई रख्या आ किन्ना क पैसा किसान कहिंदे सी कि कर्जे भी माफ करो भावें इह गरंटियां दे के आए ने कोई मैनीफेस्टो दे के तां आए नहीं पर फिर भी सवाल तो बड़े उठते हैं कि इहदे उत्ते किन्ना खर्चा दिक्कत की होणगियां मूंगी ते मक्की की फसल नूं लैके जां बासमती नूं लैके देखो मार्केट आ मंडी आ ये गल बड़ी पक्की आ कि जदों हिंदुस्तान प्रोड्यूस करता है उहदे कोल सरप्लस प्रोड्यूस हुंदी आ अंतरराष्ट्री पद्धर दे उत्ते फसलां दीआं कीमतां डिगदीआं हन जदों भारत दे विच प्रोडक्शन घट हुंदी आ अंतरराष्ट्री मंडी दे विच जिहड़ी हैगी क्योंकि जदों असीं बाहरों इंपोर्ट करना हुंदा एकदम जिहड़ियां चीज़ां बहुत वध जांदियां ये मूंगी की गल कर लो तुसीं मसरां की गल कर लो तुसीं तेलां की गल कर लो जां होरां की गल कर लो ये ठीक आ कि इन्हां दी कीमतां बहुत उच्चियां वा पर जिहड़ी उन्हां दी मिनीमम सपोर्ट प्राइस करदे आ कि सरकार को इन्ना पोटेंशियल हैगा सरकार को इन्ने रिसोर्स हैगे सरकार कमाद खरीददी आ गन्ना खरीददी आ जे कोई मिलां हैगियां जिस चों खंड बनती है जिस चों बिजली बनती है जिस चों सीरा बनता है जिहदे विचों बैगास बनती आ इह चों होर कई सारे प्रोडक्ट बन सकते आ उहदी पेमेंट जे टाइम सिर नहीं कर सकती तो फिर मैं लगता भी ठीक है जे तो फसल होगी थोड़ी जो कोई इन्ना तंत्र हैगा कि वह मूंगी जी आऊगी उन्होंने जो खरीदे वो क्योंकि मूंगी उस वे आँदी है जो बरसात का मौसम जो हों मेरा ख्याल उस समय के हों कि मॉइस्चर होगी उन्होंने सामने वास्ते की साढ़े को साढ़े को साइंटिफिक एडवाइस हैगी साढ़े को टैक्नीकल असिस्टेंस हैगी कि असं संभाल सकते हैं पर सब तो वही गल आ कि असी वो बजट रख सकेंगे सब तो वड्डी गल तो जी ना मतलब सौ हथ रस्सी के सिरे के गंढ उन्हें पैसे रखने पैणगे तां ही तुसीं मूंगी खरीदोगे फिर मूंगी खरीद के तुसीं घर थोड़ा लोगे घर थोड़ा रखोगे कि मूंगी का बाजार लभना पेगा तुसीं कित्थे वेचनी आ फिर स्टेट इनवॉल्व होगी दूसरे पासे तुहाडी खुली मंडी आ फिर उहदे विच होर कई किस्म के मसले खड़े होणगे कई किस्म के तौखले खड़े होणगे कई किस्म दीआं होर कबलेबाजियां खड़ियां होणगियां तो मेरा कहण तो भाव है कि ओपन मंडी दे विच सरकार इहो जिहा जिहड़ा रोल किदां प्ले कर सकदी है पाणियां दा रोल सरकार प्ले कर सकदी है हाँ एक गल जरूर हैगी आ कि जे ये सरकार इनश्योर करती आ कि आह मिनीमम रेट आ जे तो घट विकदी आ तो असी जिहड़ा उहनूं पूरा करांगे पर साडा तंत्र इदां दा हैगा कि उहदे विच वी कई किस्म दीआं बेनिजमियां होणगियां कागजां दे विच किदां विखाड़िया जाऊगा दूसरे पास जां तां असी बहुत साफ सुथरा साडा तंत्र होवे सानूं पता लगे भी आह जिहड़ा ये बिल्कुल गल ठीक हैगी आ तो सरकार लई इक होर नवीं मैं समस्या तां नहीं कहूँगा उहदा कम्म वधूगा कि उहदे कोल इन्ना तंत्र हैगा तो इस करके ये चीज़ा बहुत सोचने विचार वाली गल हैगी कि अंदाजा ला लैन भी सानू कि फसल असी खरीद सकते हैं कि फसल की कंजम्पशन हो सकती है कि फसल असी बाहरले पासे भेज सकते हैं जां जिहड़ियां डेफिसिट स्टेट्स हैगियां वा उन्हां नाल टाई अप करके जां उहदे नाल रिलेटड कोई होर जिहड़े तुहाडा व्यापार करन वाले हैगे आ जां व्यापारी लोग हैगे उह पंजाब दे विच आ जाणगे उन्हां नूं किद्दां तुसीं सिक्योर करोगे उन्हां दा पैसा किद्दां सिक्योर करोगे तो मेरा ख्याल है भी काफ़ी निटी ग्रिटी आ जिहड़ियां खास करके जिहड़े एक्सपर्ट्स हैगे आ इस सिस्टम नूं सुलझाउण वास्ते हैल्प कर सकदी है ठीक है इस वारी मूंगी उन्नी ज़्यादा नहीं होगी हो सकता कल बहुत ज़्यादा गलट आ गया उहदी प्राइसिस डाउन हो गए बिल्कुल आलमोस्ट 50% आ गए फिर सरकार की करूगी सरकार उहनूं कित्थे रखूगी मतलब मेरा कहण तो भाव हैगा भी सरकार गरंटी दिंदी बहुत वधिया गल है पर इहनूं सरकार ने गरंटी दे के जो गरंटी नूं पूरा नहीं कर सकदी जां फिर जे सरकार नूं ही घाटा पैणा वा
पैसे तो जिहड़े सरकार दे ओह किन्हां दे तुहाडे साडे ही हैगे आ लोकां दे हैगे आ सो मेरा कहण तो भाव हैगा कि ठीक आ ओह कह रहे असीं काम कर देवांगे जां असीं खरीद लवांगे उहदे लई जिहड़ा तंत्र दा होणा इह ठीक गल पक्की आ जदों सरकारां चाहुण कोई काम इहो जिहा नहीं जिहड़ा नहीं हो सकदा पर अखीर ते गल उही आउंदी आ कि तुहाडे कोल रिसोर्सिज होणे चाहीदे आ तुहाडे कोल विल होणी चाहीदी आ तुहाडे कोल इंफ्रास्ट्रक्चर होणा चाहीदा वा तुहाडे कोल जिहड़ी सारी ट्रेड दा इक प्रॉपर जी पॉलिसी होनी चाहिए है जब एग्रीकल्चर की पॉलिसी आ ट्रेड की पॉलिसी होनी चाहिए वेद तो इस करके बहुत सारिया गल् है जिन्होंने ध्यान दे रखने की लड़ है ता कि डिवर्सीफिकेशन भी हो सके पानी भी बच सके पर नाल नाल किसान जोड़ा है वा उन्होंने पता लगे कि मेरी इंश्योर्ड जी अपनी इनकम असी कणक झोना क्यों बीजते हैं या वैसटर्न यूपी के लोग गन्ना ज़्यादा क्यों बीजते हैं उन्होंने पता भी ये चीज़ असं जो मुल लै ही लैना असी जे ना कोई होगा तो असी पोलीटिकल इशू बन जाता असी पंजाब दे विच तां इह ना भी सड़कां बंद कर दें रेल बंद कर दें भार पैंदा उहदे उत्ते है यूपी दे विच गल हैगी आ उहनूं पता इह पोलीटिकल इशू है कि इहदे तों बिना किसी भी सरकार की कोई जिहड़ी हैगी है ना मतलब उहदी जिहड़ी कहिंदा उहदा छुटकारा नहीं है अगर उहनां नूं होर पासे वल मिल जाए तो नैचुरली वह चाहन भी उस पास वाल जाया जाए तो मेरा ख्याल है कि ये एक नैशनल पॉलिसी कल पंजाब की पॉलिसी डिवर्सीफिकेशन की शायद उन्ना काम ना करे लोड़ हैगी आ कि सानू नैशनल लैवल दे उत्ते जिहड़ी केंद्री जिहड़ी पॉलिसी इदां दी बनाई जाए उन्हां दे भी प्रवेलवान किया जाए भी भाई जे पानी पंजाब दा घटदा तां नाल हरियाणे दा भी घटदा वा नाल राजस्थान दा भी घटदा वा जे पंजाब तों पानी थले जांदा तां पाकिस्तान नाल पानी थले चल जांदा वा पानी नहीं वंडिया हैगा ये नहीं भी उहदी सरहद कोई नहीं हैगी दिल्ली का पानी भी थले जाऊगा इस तरीके का जे असीं पानी सेव करांगे तां दिल्ली का पानी भी उपरले पासे आ लाऊगा तो इह लार्जर कॉन्टैक्सट हैगा वा जिहदे विच मैनूं कह दईए वी नैशनल इंट्रस्ट जिहड़ी है ज़्यादा इनवॉल्व है तो इस सरकार नूं उस पासे वल भी ध्यान देना चाहिए उन्हूं हाईलाइट करना चाहिए और इस मामले दे विच किसानां दे नाल बैठ के किसानां दे एक्सपर्ट आ किसानां दे नुमाइंदे आ इह टैंपरेरी हल नहीं चाहिए पिछले समयां दे विच 30 सालां दे विच खास करके जां 40 सालां दे विच हर चीज़ का जिहड़ा टैंपरेरी हल रहा और नक नूं ला के गल नूं ला ली इह 6 महीने फसल खरीदी गई गांह फिर वेखी जाऊगी फिर 6 महीने होए फिर वेखी जाऊगी उहदे नाल साडा जिहड़ा हैगा खास करके किसानी दा पंजाब दा जां देश दा बहुत नुकसान होया लोंग टर्म परस्पेक्टिव किन्ना क असीं इहनूं सस्टेन कर सकदे हां चाहे दालां दी गल हैगी आ तेलां दी गल हैगी आ जां कोई होर शुगर केन दी गल हैगी आ जां कणक झोने दी गल आउंदी आ अल्टीमेटली मैनूं तां लगदा वी आउण वाले समें दे विच खाण वालियां चीज़ां चौलां दी भी इन्नी जिहड़ी हैगी डिमांड वध सकदी जिद्दां हुण कणक दी डिमांड वध गई क्योंकि सब तों वड्डी समस्या साडी जिहड़ी है किसान जथेबंदियां वी कह रहियां बहुत चंगी गल हैगी आ कि वातावरण जिहड़ा हैगा उहदा सब तों बुरा असर जिहड़ा बदलदा क्लाइमेट आ उहदा सब तों बुरा असर खेतीबाड़ी ते पैणा और मेरे ख्याल सब नूं इह समझ लैणा चाहीदा वी इस साल जे कणक दा झाड़ 15-25% घटिया है मार्च दे दूसरे हफ्ता 10 तरीक तों बाद अबनॉर्मली हाई जिहड़ी हैगी आ उह जिहड़ी आ मतलब तुहाडा टैंपरेचर आ गया जिहदे नाल सारा दाणा श्रिंक कर गया अजे तां शुक्र इह रिहा कि मुड़ के मीह नहीं पिया जे मीह पै जांदा तां होर पता नहीं की दुर्गति हुंदी कल नूं झोना होना जिहड़ा आपां बीजण दा पता नहीं होना कि नहीं होना जां होर फसलां होणियां कि नहीं होणियां तो पैरल नीड इहदी भी रहणी है दूसरी गल नाल नाल इह हैगी सुखविंदर जी कि सानूं वाटर मैनेजमेंट करनी बहुत चाहीदी पंजाब दे विच पाणी दी मैनूं लगदा कि बहुत पाणी वेस्ट बहुत हो रहा पाणी अजाई बहुत जा रहा साढ़े छप्पड़ जिहड़े सी उह इनक्रोच होए पए आ साढ़े उस समय दीआं जिहड़ियां ड्रेन सीगियां उहनां दे विच पाणी असीं कर सकदे हां पाणी दी वाटर हारवेस्टिंग कर सकदे हां दरियावां दे पाणी नूं किसी ना किसी तरीके नाल कोई भावें सेंटर दे नाल संबंधित हैगे आ असीं रिवर बैड जिहड़े हैगे उह सुधार सकदे हां जिथों इहनां ने रेत भी कढ सकदे आ 2-2, 3-3, 4-4 फुट रेत कढ लैण उत्थों पाणी थले जा सकदा तो मेरा कहण तों भाव हैगा कि इहनूं लार्जर कॉन्टैक्सट दे विच सिर्फ मूंगी मसरां तक जां फसलां दी विभिन्नता दे नाल नाल जिहड़े होर मुद्दे हैगे जिहड़े जिहदे नाल असीं सस्टेनेबल जिहड़ी एग्रीकल्चर हो सकदी आ जां सस्टेनेबल ग्रोथ हो सकदी आ उहदा वी सानूं जिहड़ा नाल नाल सरकार नूं एजेंडा जिहड़ा ध्यान च रखणा पऊगा ਬਿਲਕੁਲ ਗੱਲ ਤਾਂ ਇਹ ਹੈ ਕਿ ਅੱਜ ਤੁਸੀਂ ਸਰਕਾਰ ਨੂੰ ਝੁਕਾ ਕੇ ਹਾਰ ਜਿੱਤ ਦਾ ਕੋਈ ਨਾਰਾ ਦੇ ਕੇ ਉੱਥੋਂ ਚੰਡੀਗੜ੍ਹੋਂ ਜਾਂ ਜਿੱਥੇ ਵੀ ਧਰਨੇ ਦਿਓਗੇ ਉੱਥੋਂ ਵਾਪਸ ਆ ਜਾਓਗੇ ਪਰ ਗੱਲ ਨੂੰ ਅਗਲੇ ਭਵਿੱਖ ਦੀ ਗੱਲ ਹੁੰਦੀ ਹੈ ਕਿ ਤੁਸੀਂ ਪਾਣੀ ਨੂੰ ਬਚਾਉਣ ਦੇ ਲਈ ਫਿਰ ਕੀ ਕਰੋਗੇ ਕਿਸ ਤਰ੍ਹਾਂ ਦਾ ਹੰਭਲਾ ਮਾਰੋਗੇ ਸਰਕਾਰ ਤਾਂ ਝੁਕ ਜਿਆ ਕਰੇਗੀ ਤੁਹਾਡੇ ਮਸਲਿਆਂ ਦੇ ਅੱਗੇ ਜਦੋਂ ਬਿਲਕੁਲ ਕਾਲ ਪੈ ਗਿਆ ਅਖਬਾਰਾਂ 'ਚ ਖਬਰਾਂ ਦੱਸਦੀਆਂ ਨੇ ਕਿ ਫਿਰੋਜ਼ਪੁਰ ਫੀਡਰ ਦਾ ਪਾਣੀ ਪੀਣ ਜੋਗਾ ਨਹੀਂ ਰਿਹਾ ਸਤਲੁਜ ਦਾ ਪਾਣੀ ਪੀਣ ਜੋਗਾ ਨਹੀਂ ਰਿਹਾ ਜਾਂ ਹੋਰ ਥਾਵਾਂ ਤੇ ਪਾਣੀ ਦਾ ਕਾਲ ਪੈ ਗਿਆ ਲੋਕਾਂ ਨੂੰ ਟੈਂਕਰ ਖਰੀਦਣੇ ਪੈ ਰਹੇ ਨੇ ਪਾਣੀ ਦੇ 2-2 ਹਜ਼ਾਰ ਦੇ ਇਹੋ ਜਿਹਾ ਹਾਲ ਪੀਣ ਵਾਲਾ ਪਾਣੀ ਵੀ ਨਹੀਂ ਲੋਕਾਂ ਨੂੰ ਨਸੀਬ ਹੋ ਰਿਹਾ ਮੈਂ ਪ੍ਰੋਫੈਸਰ ਇਹ ਸਾਰੇ ਮਸਲੇ ਇੰਨੇ ਗੰਭੀਰ ਨੇ ਕਿ ਇਹਨਾਂ ਉੱਤੇ ਕੋਈ ਵੀ ਨਹੀਂ ਆ ਰਿਹਾ ਜਾਂ ਹਾਰ ਜਿੱਤ ਦੀ ਗੱਲ ਨਹੀਂ ਕਿ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਸਰਕਾਰ ਨੂੰ ਗੋਡਿਆਂ ਥੱਲੇ ਕਰ ਲਿਆ ਜਾਂ ਕਿੱਦਾਂ ਕਰ ਲਿਆ ਪਰ ਗੱਲ ਤਾਂ ਇਹ ਹੈ ਕਿ ਪਾਣੀ ਬਚਾਉਣ ਦੇ ਲਈ ਕਦੇ ਤਾਂ ਹੰਭਲਾ ਮਾਰਨਾ ਪੈਣਾ ਹੈ ਤੇ ਫਿਰ ਉਹ ਅੱਜ ਹੀ ਕਿਉਂ ਨਹੀਂ
ਬਿਲਕੁਲ ਠੀਕ ਹੈ ਜੀ। ਉਹ ਗੱਲ ਮੇਰੇ ਖਿਆਲ ਸਰਦਾਰ ਸਿੰਘ ਜੌਹਲ ਹੋਣਾ ਨੇ ਕਹੀ ਸੀ, ਬਸ ਜੌਹਲ ਸਾਹਿਬ ਨੇ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਜਿਹੜਾ ਤੁਸੀਂ ਮਾਡਲ ਦੇਣ ਡੇ ਜੋ ਤੇ ਕਿਹੜੀ ਖੇਤੀ ਕਰੀਏ, ਉਹ ਕਹਿੰਦਾ ਸੋਚੋ ਜਦੋਂ ਪਾਣੀ ਮੁੱਕ ਗਿਆ ਜਿਹੜੀ ਖੇਤੀ ਉਹ ਕਰੋਗੇ ਹੁਣੇ ਸ਼ੁਰੂ ਕਰ ਲਓ। ਬਹੁਤ ਲੰਮਾ ਸਮਾਂ ਤਾਂ ਚੱਲਣਾ ਜੀ ਉਹਦੇ ਵਿੱਚੋਂ ਜਾ ਕੇ, ਇਹ ਤਾਂ ਦੋਣੇ ਪਾਸੇ ਹੋਣਾ ਪੈਣਾ। ਇੱਕ ਜਿਹੜੀ ਸੱਚੀ ਗੱਲ ਇਹ ਹੈਗੀ ਸੁਖਵਿੰਦਰ ਜੀ, ਇੱਕ ਪਿੱਛੇ ਜੇ ਅਸੀਂ ਲੰਮਾ ਸਮਾਂ ਅੱਗੇ ਸਟੱਡੀ ਕੀਤੀ ਸਟੇਟ ਆਫ ਫਾਰਮਰਸ ਇਨ ਇੰਡੀਆ, ਕੁਝ ਪਛਾਣ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਵੀ ਗੱਲ ਕੀਤੀ ਸੀਗੀ। ਪੰਜਾਬ ਦੇ ਕਿਸਾਨਾਂ ਦੀ ਜਿਹੜੀ ਦੂਸਰੀ ਪੀੜ੍ਹੀ ਆ, ਜਿਹੜੀ ਹੁਣ ਵਾਲੀ ਪੀੜ੍ਹੀ ਆ, ਉਹਦੇ ਵਿੱਚ ਮਜਬੂਰੀ ਵੱਸ ਕਿਸਾਨ ਕਿਸਾਨੀ ਕਰ ਰਹੇ ਆ, ਜਿਨ੍ਹਾਂ ਕੋਲ ਆਲਟਰਨੇਟਿਵ ਕੋਈ ਹੋਰ ਅਰੇਂਜਮੈਂਟ ਨਹੀਂ ਹੈਗਾ। ਕੋਈ ਵੀ ਨਵਾਂ ਜਿਹੜਾ ਯੰਗ ਹੈਗਾ ਪੜ੍ਹਿਆ ਲਿਖਿਆ, ਜਿਹੜੇ ਵੀ ਕਿਸਾਨੀ ਤੋਂ ਬਾਹਰ ਹੋ ਕੇ ਹੋਰ ਸਾਧਨ ਅਡੋਪਟ ਕਰ ਲਏ ਆ, ਜਾਂ ਉਹ ਪਾਸੇ ਨਿਕਲ ਗਏ ਆ, ਪੜ੍ਹ ਲਿਖ ਕੇ ਇੱਧਰ ਉੱਧਰ ਹੋ ਗਿਆ, ਨਵਾਂ ਕੰਮ ਸ਼ੁਰੂ ਕਰ ਲਿਆ, ਉਹੀ ਬਚ ਰਹੇ ਆ। ਕਿਸਾਨੀ ਜੋ ਰੋਕ ਰਹਿ ਗਏ ਆ, ਜਿਹੜੇ ਖਾਸ ਕਰਕੇ ਹੋਰ ਕੋਈ ਆਲਟਰਨੇਟਿਵ ਨਹੀਂ ਮਿਲਦਾ, ਇਹ ਬੜੀ ਤ੍ਰਾਸਦੀ ਵਾਲੀ ਗੱਲ ਹੈਗੀ ਆ। ਦੂਸਰੀ ਗੱਲ ਇਹਦੇ ਵਿੱਚ ਜਿਹੜੀ ਇਹ ਸਮਝਣ ਵਾਲੀ ਹੈ ਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਆ, ਜਦੋਂ ਤੁਸੀਂ ਆਪਾਂ ਕਿਸਾਨ ਜਥੇਬੰਦੀਆਂ ਵੱਲ ਦੇਖਦੇ ਹਾਂ, ਇਹਨਾਂ 'ਚ ਨਵੀਂ ਪੀੜ੍ਹੀ ਦੀ ਸ਼ਮੂਲੀਅਤ ਬਹੁਤ ਘੱਟ ਵਾ, ਲੀਡਰਸ਼ਿਪ 'ਤੇ ਬਹੁਤ ਹੈ, ਮੈਂ ਨਹੀਂ ਕਹਿੰਦਾ ਨਹੀਂ ਹੈਗੀ ਆ ਜੀ, ਇਸ ਕਰਕੇ ਨਹੀਂ ਹੈਗੀ ਕਿ ਖੇਤੀਬਾੜੀ ਜਿਹੜੀ ਆ ਉਹਨੂੰ ਹਰ ਤਰੀਕੇ ਨਾਲ ਆਪਾਂ ਦੇਖਿਆ ਜਾਵੇ, ਉਹ 'ਚ ਫਿਊਚਰ ਨਹੀਂ ਦਿਸਦਾ। ਲੋਕ ਕਹਿੰਦੇ ਆ ਜੀ ਹੋਰ ਕੋਈ ਕੰਮ ਨਹੀਂ ਹੈਗਾ, ਸਿਰਫ 5-7% ਸੀਗੇ ਜਿਹੜੇ ਉਹ ਵੱਡੇ ਜ਼ਿਮੀਦਾਰ ਹੋ ਸਕਦੇ ਆ, ਜਿਹਨਾਂ 'ਚ ਹੋ ਸਕਦਾ ਇਹ ਜਿਹੜੀਆਂ ਤੁਹਾਡੀਆਂ ਕਿਸਾਨ ਜਥੇਬੰਦੀਆਂ, ਇਹਨਾਂ 'ਚ ਵੀ ਵੱਡੇ ਕੋਈ ਜ਼ਿਮੀਦਾਰ ਹੈਗੇ ਆ, ਵੱਡੇ ਵੱਡੇ ਜਿਹੜੇ ਅਹੁਦਿਆਂ ਦੇ ਵਿੱਚ ਇਹਨਾਂ ਦੇ ਲੋਕ ਰਹੇ ਆ, ਜਾਂ ਉਹਨਾਂ ਦੇ ਖੇਤੀਬਾੜੀ ਤੋਂ ਹੋਰ ਵੱਡੇ ਕੰਮ ਵੀ ਹੈਗੇ ਆ, ਸੈਲਰ ਵੀ ਹੈਗੇ ਆ, ਆੜਤਾਂ ਵੀ ਹੈਗੀਆਂ ਵਾ, ਮੈਰਿਜ ਪੈਲਸ ਵੀ ਕਈਆਂ ਦੇ ਹੈਗੇ ਆ, ਪੈਟਰੋਲ ਪੰਪ ਵੀ ਹੈਗੇ, ਮੈਂ ਜਾਣਦਾ ਉਹਨਾਂ ਕੁਝ ਲੀਡਰਾਂ ਨੂੰ ਜਿਹਨਾਂ ਦਾ ਸਾਰਾ ਤਾਮ ਜਾਮ ਹੈਗਾ, ਉਹਨਾਂ ਲਈ ਖੇਤੀਬਾੜੀ ਇੱਕ ਪਾਵਰ ਦਾ ਅਤੇ ਪ੍ਰੈਸਟੀਜ ਦਾ ਜਿਹੜਾ, ਜਾਂ ਇਸ ਕਿਸਮ ਦੀ ਜਿਹੜੀ ਅਸਰਸ਼ਨ ਦਾ ਇੱਕ ਬਹੁਤ ਵੱਡਾ ਸਾਧਨ ਹੈਗਾ, ਲਾਰਜ ਨੰਬਰ ਦੇ ਵਿੱਚ ਇਹ ਚੀਜ਼ ਨਹੀਂ ਹੈਗੀ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਵੀ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਜਦੋਂ ਵੀ ਆਪਾਂ ਕੋਈ ਇਹ ਕਰਦੇ ਹਾਂ। ਇਸ ਜਿਹੜੀ ਆਪਣੀਆਂ ਕੱਲ੍ਹ ਹੋਈਆਂ 23 ਜਥੇਬੰਦੀਆਂ ਸੀ, ਮੈਨੂੰ ਨਹੀਂ ਪਤਾ ਦੂਸਰੀਆਂ 9 ਜਥੇਬੰਦੀਆਂ 8 ਜਥੇਬੰਦੀਆਂ ਇਹ ਉਹ ਪਾਰਟੀਸਪੇਟ ਕੀਤਾ ਕਿ ਨਹੀਂ, ਜਾਂ ਉਹਨਾਂ ਦਾ ਏਜੰਡਾ ਕੋਈ ਹੋਰ ਸੀਗਾ, ਜਾਂ ਇਹ ਜਿਹੜੇ ਹੈਗੇ ਆ ਇਹਨਾਂ ਨੂੰ ਲੱਗਦਾ ਸੀਗਾ ਵੀ ਜਿਹੜਾ ਹੈਗਾ ਅਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਸਰਕਾਰ ਤੋਂ ਮਨਾ ਸਕਦੇ ਹਾਂ, ਬਹੁਤ ਚੰਗੀ ਗੱਲ ਹੈਗੀ ਆ, ਜਾਂ ਹੋਰ ਕੋਈ ਕਾਰਨ ਵੀ ਹੋ ਸਕਦਾ ਉਹਦੇ ਬਾਰੇ ਮੈਨੂੰ ਉਹ ਨਹੀਂ ਹੈਗਾ, ਪਰ ਇਹ 'ਚ ਯੂਨਿਟੀ ਨਹੀਂ ਦਿਸੀ। ਜਿਹੜੀ ਯੂਨਿਟੀ ਸਾਨੂੰ ਜਦੋਂ ਕਿਸਾਨੀ ਸੰਘਰਸ਼ ਸੀਗਾ ਉਹਦੇ ਵਿੱਚੋਂ ਜਿਹੜੀ ਦਿਖਾਈ ਦਿੰਦੀ ਸੀਗੀ, ਇਹ ਆਪਾਂ ਨੂੰ ਪਤਾ ਹੈ ਇਹ 'ਚੋਂ ਕਿ ਜਥੇਬੰਦੀਆਂ ਜਿਹੜੀਆਂ ਹੈਗੀਆਂ ਇਹ ਵਿਚਾਰਧਾਰਕ ਤੌਰ 'ਤੇ ਠੀਕ ਆ, ਸਿਰਫ ਕਿਸਾਨੀ ਵਿਚਾਰਧਾਰਾ ਨਹੀਂ ਹੈਗੀਆਂ, ਇਹਦੀਆਂ ਹੋਰ ਵਿਚਾਰਧਾਰਾ ਵੀ ਹੈਗੀਆਂ ਵਾ, ਇਹ 'ਚ ਲੈਫਟ ਰਾਈਟ ਦਾ ਮਸਲਾ ਵੀ ਹੈਗਾ ਵਾ, ਇਹ ਛੋਟੀ ਕਿਸਾਨੀ ਵੱਡੀ ਕਿਸਾਨੀ ਦਾ ਮਸਲਾ ਵੀ ਹੈਗਾ, ਇਹਨਾਂ ਦੇ ਵਿੱਚ ਏਜੰਡੇ ਦਾ ਮਸਲਾ ਵੀ ਹੈਗਾ, ਕਈ ਕੁਛ ਇਹਦੇ ਵਿੱਚ ਸਾਰਾ ਕੁਝ ਆਉਂਦਾ ਹੈ। ਤੋ ਇਸ ਕਰਕੇ ਜੇ ਇਹ ਇਹਨਾਂ ਨੇ ਇਹ ਰੇਸ ਕੀਤੇ ਸਵਾਲ, 12 ਮੰਗਾਂ ਮੰਨੀਆਂ ਗਈਆਂ, 13ਵੀਂ ਤਾਂ ਬੋਨਸ ਵਾਲੀ ਗੱਲ ਸੀ, 500 ਰੁਪਇਆ ਕੁਇੰਟਲ, ਕਿਹੜੀ ਸਰਕਾਰ ਪੰਜਾਬ ਸਰਕਾਰ ਜਿਹੜੀ ਹੈਗੀ ਹੈ, ਸਾਰਾ ਕੁਝ ਗਣੇ ਰੱਖ ਦੂੰ, ਮੈਨੂੰ ਨਹੀਂ ਪਤਾ, ਮੈਂ ਇਕੋਨਮਿਸਟ ਨਹੀਂ ਹੈਗਾ, ਵੀ ਜੇ 100 ਮਿਲੀਅਨ ਟਨਸ ਆਪਣੇ ਕਣਕ ਹੋਈ ਆ ਤਾਂ ਜੇ ਉਹਨੂੰ 500 ਰੁਪਈਏ ਕੁਇੰਟਲ ਦੇ ਹਿਸਾਬ ਨਾਲ ਜਰਬ ਕਰ ਲਓ ਵੀ ਕਿੰਨੇ ਕੁ ਕਰੋੜ ਰੁਪਈਆ ਬਣ ਸਕਦਾ, ਮੈਂ 4-5 ਹਜ਼ਾਰ ਕਰੋੜ ਰੁਪਈਆ ਤਾਂ ਬਣੂਗਾ ਹੀ ਬਣੂਗਾ, ਵੀ ਇਹ 4-5 ਹਜ਼ਾਰ ਕਰੋੜ ਰੁਪਈਆ ਸਰਕਾਰ ਦੇ ਸਕਦੀ ਕਿ ਨਹੀਂ ਸਕਦੀ। ਬੋਨਸ ਹਮੇਸ਼ਾ ਸੈਂਟਰ ਗੌਰਮੈਂਟ ਵਾਲੇ ਪਾਸੇ ਵੱਲ ਆਉਂਦਾ, ਕਿਉਂਕਿ ਪ੍ਰੋਕਿਓਰਮੈਂਟ ਉਸ ਪਾਸੇ ਵੱਲੋਂ ਹੁੰਦੀ ਆ, ਇਹ ਸਰਕਾਰ ਦੇ ਉੱਤੇ ਜੇ ਤਾਂ ਮੰਗ ਦੇ ਤੌਰ 'ਤੇ ਕਿਹਾ, ਅਤੇ ਆਪਾਂ ਨੂੰ ਇਹ ਵੀ ਪਤਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਕੇਂਦਰ ਸਰਕਾਰ ਨਾਲ ਬਹੁਤ ਜ਼ਿਆਦਾ ਬਣਦੀ ਨਹੀਂ ਹੈ, BJP ਦੀ ਸਰਕਾਰ ਨੇ ਹੈਗੀ, ਉਹ ਇਹਦੇ ਲਈ ਕਈ ਕਿਸਮ ਦੀਆਂ ਹੋਰ ਇਸ਼ੂ ਖੜ੍ਹੇ ਕਰ ਰਹੇ ਆ, ਜਾਂ ਜਿਹੜੀਆਂ ਗਰੰਟੀਆਂ ਦਿੱਤੀਆਂ ਸੀਗੀਆਂ, ਗਰੰਟੀਆਂ ਦੇਣ ਵਾਲੇ ਜਿਹੜੇ ਹੈਗੇ ਸੀਗੇ ਉਹਨਾਂ ਨੇ ਪਤਾ ਨਹੀਂ ਰਿਐਲਿਟੀ ਵੇਖੀ ਕਿ ਨਹੀਂ ਵੇਖੀ, ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਕੀ ਬਣਨਾ ਉਹਦੇ ਵਿੱਚੋਂ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਵੀ ਇਹ ਸਾਰੀਆਂ ਚੀਜ਼ਾਂ, ਜੇ ਕਿਸਾਨ ਸਾਡੇ ਸਮਾਜ ਦਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਅੰਗ ਆ, ਤੁਸੀਂ ਵੀ ਕਿਸਾਨ ਹੋ ਸਕਦੇ ਹੋ, ਸਾਰੇ ਆਪਾਂ ਕਿਸਾਨ ਉਸ ਤਰੀਕੇ, ਜਿਹੜਾ ਰੋਟੀ ਖਾਂਦਾ ਵਾ, ਜਿਹੜਾ ਸਵੇਰੇ ਉੱਠ ਕੇ ਵਧਾ, ਉਹ ਵੀ ਕਿਸਾਨੀ ਦਾ ਹਿੱਸਾ ਹੈਗਾ ਵਾ। ਤਾਂ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਇਹ ਕਿਸਮ ਦਾ ਕਰਨਾ ਜਿਹੜਾ ਤੁਸੀਂ ਗੱਲ ਕੀਤੀ ਵੀ ਲਾਲਾ ਗੋਡਾ ਝੁਕਾਤਾ ਇਹ ਕਰਤਾ, ਇਹ ਸਰਕਾਰ ਅਜੇ ਤੱਕ ਫਰੈਂਡਲੀ ਹੈ, ਕਿਉਂਕਿ ਇਹ ਲੋਕਾਂ 'ਚੋਂ ਚੁਣ ਕੇ ਆਈ ਹੈ, ਬਹੁਤ ਸਾਰੇ ਲੋਕ ਇਹਦੇ ਵਿੱਚੋਂ ਉਸ ਪਾਸੇ ਲਵਾਏ ਆ, ਕੁਝ ਨੂੰ ਛੱਡ ਕੇ ਉਹਦੇ ਵਿੱਚੋਂ, ਪਰ ਕਿੱਥੋਂ ਤੱਕ ਝੁਕ ਸਕਦੀ ਆ, ਕਿੱਥੋਂ ਤੱਕ ਜਾ ਸਕਦੀ ਆ, ਇਹਦੇ ਨਾਲ ਨਾਲ ਉਹਦੇ ਹੋਰ ਏਜੰਡੇ ਵੀ ਹੈਗੇ ਆ। ਤੋ ਇਸ ਕਰਕੇ ਕਿਸੇ ਨੂੰ ਦਬਾਉਣਾ ਜਾਂ ਕਿਸੇ ਨੂੰ ਜਿਹੜਾ ਹੈਗਾ ਝੁਕਾਉਣ ਦਾ ਮਸਲਾ ਨਹੀਂ ਹੈ, ਨਾ ਸਰਕਾਰ ਦਾ ਕਿਸਾਨਾਂ ਨੂੰ, ਮੈਨੂੰ ਲੱਗਦਾ ਵੀ ਇਹ ਸਿਰ ਜੋੜ ਕੇ ਬੈਠਣ ਵਾਲੀ ਗੱਲ ਹੈ। ਕਿਸਾਨਾਂ ਨੇ ਮੰਗਾਂ ਕੀਤੀਆਂ, ਚੰਗਾ ਕੀਤਾ, ਉਹ ਵਾਪਸ ਚਲ ਜਾਣਗੇ, ਉਹ ਜਾ ਕੇ ਵੇਟ ਕਰ ਸਕਦੇ ਆ, ਪਰ ਨਾਲ ਨਾਲ ਇਹ ਚੀਜ਼ ਦਾ ਵੀ ਧਿਆਨ ਰੱਖਣਾ ਕਿ ਭਾਈ ਇਹਨਾਂ ਕੋਲ ਸਾਧਨ ਕਿੰਨੇ ਕੁ ਹੈਗੇ, ਕਰਜ਼ਾ ਅੱਗੇ ਬਹੁਤ ਜ਼ਿਆਦਾ, ਇੱਕ ਪਾਸੇ ਤਾਂ ਆਪਾਂ ਸਾਰੇ ਕਹਿੰਦੇ ਹਾਂ ਕਿ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਵਾ,
ਪੰਜਾਬ ਦੇ ਵਿੱਚ ਜਿਹੜਾ ਸਾਡਾ ਵਿਗੜਿਆ ਢਾਂਚਾ ਹੈ, ਚਾਹੇ ਉਹ ਐਜੂਕੇਸ਼ਨ ਦਾ ਹੈ ਚਾਹੇ ਹੈਲਥ ਦਾ ਹੈ, ਕਿੰਨੀਆਂ ਮਹਿੰਗੀਆਂ ਫੀਸਾਂ ਹੋ ਗਈਆਂ, ਕਿੰਨੀ ਪ੍ਰਾਈਵੇਟਾਈਜੇਸ਼ਨ ਹੋ ਗਈ, ਉਹਨੂੰ ਅਸੀਂ ਸੁਧਾਰਨਾ ਵਾ। ਜਾਂ ਇਸੇ ਤਰੀਕੇ ਨਾਲ ਜਿਹੜਾ ਪਾਣੀ ਦੀ ਆਪਾਂ ਗੱਲ ਕਰਦੇ ਹਾਂ, ਉਹਦੀ ਸਮੱਸਿਆ ਆ ਰਹੀ ਆ, ਰੀਚਾਰਜ ਨਹੀਂ ਹੋ ਰਿਹਾ ਉਹਦੀ ਸਮੱਸਿਆ ਆ ਰਹੀ ਆ, ਪ੍ਰੋਕਿਓਰਮੈਂਟ ਦੀ ਸਮੱਸਿਆ, ਇਸ ਵਾਰੀ ਤਾਂ ਸ਼ੋਰਟੇਜ ਸੀਗੀ ਫੂਡ ਗ੍ਰੇਨ ਦੀ, ਅਤੇ ਜਿੰਨੀ ਐਰਕਾਂ ਗ੍ਰੇਨ ਦੇ ਵਿੱਚ ਜਿਹੜੀ ਜਿਹੜਾ ਖਾਸ ਕਰਕੇ ਜਿਹੜਾ ਸ਼੍ਰਿੰਕ ਕੀਤਾ, ਜੇ ਚੰਗੀ ਫਸਲ ਹੋਈ ਹੁੰਦੀ ਤਾਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨੱਕ 'ਚੋਂ ਧੂੰਆਂ ਕੱਢ ਕੇ ਰੱਖ ਦੇਣਾ ਸੀਗਾ, ਕੱਟ ਲੱਗਣੀ ਸੀਗੀ, ਉਹਨਾਂ ਖਰੀਦਣਾ ਨਹੀਂ ਸੀਗਾ, ਔਰ ਇਹ ਸਰਕਾਰ ਦੀ ਹੁਣੇ ਬਾਂ ਬਾਂ ਹੋ ਜਾਣੀ ਸੀਗੀ, ਇਹ ਕਣਕ ਜਿਹੜੀ ਸੀਗੀ ਮੰਡੀਆਂ 'ਚ ਰੋਣਨੀ ਸੀਗੀ, ਹੈਂ, ਕਿਉਂਕਿ ਖਰੀਦਣ ਵਾਲੀ ਉਹ ਆ ਪੈਸਾ ਉਹਨਾਂ ਦੇ ਕੋਲ ਆ, ਜਿਹੜੀ ਸੀ ਸੀ ਲਿਮਿਟ ਆ ਉਹ ਜਾਰੀ ਕਰਦੇ ਆ। ਪੰਜਾਬ ਸਰਕਾਰ ਨੂੰ ਮੈਨੂੰ ਨਹੀਂ ਲੱਗਦਾ ਕਿ ਜਾਂ ਤਾਂ ਕੋਈ ਸੋਨੇ ਦੀ ਖਾਣ ਮਿਲ ਜਾਵੇ ਤਾਂ ਕਿ ਇਹਦੇ ਕੋਲ ਆਪਣਾ 50,000 ਲੱਖ ਰੁਪਈਆ ਕਰਜ਼ਾ ਲਾ ਕੇ ਇੱਕ ਪਾਸੇ ਰਿਜ਼ਰਵ ਰੱਖ ਲਵੇ, ਜਦੋਂ ਕਣਕ ਆਵੇ 25-30,000 ਕਰੋੜ ਦੀ ਉਹ ਖਰੀਦ ਲਏ, ਝੋਨਾ ਆਵੇ ਉਹ ਖਰੀਦ ਲਏ, ਮੁੜ ਕੇ ਬਾਅਦ ਦੇ ਵਿੱਚ ਵੇਚੇ, ਜਾਂ ਉਹਦੀ ਕੋਈ ਵੈਲਿਊ ਐਡ ਕਰੇ, ਜਾਂ ਕੋਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਦੇ ਵਿੱਚੋਂ ਕਰੇ। ਬਹੁਤ ਵੱਡੇ ਜਿਹੜੇ ਹੈਗੇ ਆ ਉਹ ਚੈਲੇਂਜਸ ਹੈਗੇ ਸਰਕਾਰ ਦੇ ਕੋਲ, ਸਿਰਫ ਆਪਾਂ ਇੱਕ ਮੁੱਦੇ ਨੂੰ ਲੈ ਕੇ, ਔਰ ਇਹ ਵੀ ਗੱਲ ਬਹੁਤ ਕਲੀਅਰ ਹੈਗੀ ਆ ਕਿ ਸਰਕਾਰਾਂ ਕਦੀ ਇੱਕ ਮੁੱਦੇ ਦੇ ਨਾਲ ਜਾਂ ਇੱਕ ਫਿਰਕੇ ਦੀਆਂ ਮੰਗਾਂ ਦੇ ਨਾਲ ਜਾਂ ਇੱਕ ਆਕੂਪੇਸ਼ਨ ਦੀਆਂ ਮੰਗਾਂ ਦੇ ਨਾਲ ਸਰਕਾਰਾਂ ਬਹੁਤ ਲੰਮਾ ਸਮਾਂ ਪਾਪੂਲਰ ਨਹੀਂ ਰਹਿੰਦੀਆਂ, ਇਹ ਸਰਕਾਰਾਂ ਨੂੰ ਪਤਾ ਹੈ, ਇਹ ਸਰਕਾਰ ਨੂੰ ਵੀ ਪਤਾ, ਕਿਉਂਕਿ ਜਿਹੜੇ ਇਹਦੇ ਐਕਸਪਰਟ ਹੈਗੇ ਆ ਦਿੱਲੀ ਦੇ ਵਿੱਚ ਬੈਠੇ ਆ ਜਾਂ ਚੰਡੀਗੜ੍ਹ 'ਚ ਬੈਠੇ, ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਉਹਨਾਂ ਨੇ ਇਹ ਵੀ ਕੈਲਕੂਲੇਟ ਕੀਤਾ ਵਾ ਕਿ ਕਿਸ ਧਿਰ ਦੀਆਂ ਕਿੰਨੇ ਪ੍ਰਸੈਂਟ ਵੋਟਾਂ ਵਾ, ਕਿਸਾਨਾਂ ਦੀਆਂ ਕਿੰਨੀਆਂ ਵੋਟਾਂ ਵਾ, ਉਹ ਕਿਹੜੇ ਕਿਹੜੇ ਪਾਸੇ ਜਾਂਦੀਆਂ ਵਾ, ਦੂਸਰੇ ਨੌਨ ਕਿਸਾਨੀ ਦੀਆਂ ਕਿੰਨੀਆਂ ਵੋਟਾਂ ਵਾ, ਸ਼ਹਿਰੀ ਲੋਕਾਂ ਦੀਆਂ ਕਿੰਨੀਆਂ ਵੋਟਾਂ ਵਾ। ਇਹ ਬਹੁਤ ਦੇਖਣ ਨੂੰ ਤਾਂ ਬਹੁਤ ਸਿੰਪਲ ਲੱਗਦੀ ਗੱਲ, ਪਰ ਕੈਲਕੂਲੇਸ਼ਨ 'ਤੇ ਆ ਕੇ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਉਹ ਜਿਹੜਾ ਉਹਦਾ ਰਿਜ਼ਲਟ, ਉਹਦਾ ਆਊਟਕਮ ਹੀ ਹੋਰ ਨਿਕਲਦਾ ਹੈ। ਤੋ ਇਸ ਕਰਕੇ ਮੈਨੂੰ ਤਾਂ ਲੱਗਦਾ ਵੀ ਇਹ ਕਿਸਾਨਾਂ ਦਾ ਵੀ ਹੱਕ ਦੇ ਵਿੱਚ, ਕਿਉਂਕਿ ਇਹ ਸਰਕਾਰ, ਮੈਂ ਕਹਿੰਦਾ ਵੀ ਘੱਟੋ ਘੱਟ ਇਸ ਵੇਲੇ ਪਟੈਂਡ ਨਹੀਂ ਕਰਦੀ, ਪਰ ਥੋੜ੍ਹਾ ਕੋਸ਼ਿਸ਼ ਕਰਦੀ ਹੈ, ਮੈਂ ਸਰਕਾਰ ਪੱਖੀ, ਕਿਸਾਨਾਂ ਪੱਖੀ ਹਾਂ, ਮੈਂ ਲੋਕਾਂ ਪੱਖੀ ਹਾਂ, ਮੈਂ ਗਰੀਬਾਂ ਪੱਖੀ ਹਾਂ। ਹੁਣ ਇਹਨੂੰ ਕਿੰਨਾ 2-4-6 ਮਹੀਨੇ ਤੱਕ ਪਤਾ ਲੱਗ ਜੂਗਾ, ਸਾਲ ਤੱਕ ਪਤਾ ਲੱਗ ਜੂਗਾ, ਹੈਂ, ਵੀ ਕਿੰਨਾ ਕੁ ਗਰੀਬਾਂ ਪੱਖੀ ਹੈਗੀ ਆ, ਕਿੰਨਾ ਕੁ ਕਿਸਾਨਾਂ ਪੱਖੀ ਆ। ਪਰ ਇਮੀਡੀਏਟਲੀ ਜੇ ਤੁਸੀਂ ਇਹਨੂੰ ਸਾਰੇ ਨੂੰ ਆਪਣੇ ਤੌਰ 'ਤੇ ਅਪਰੋਪਰੀਏਟ ਕਰੋਗੇ ਤਾਂ ਮੇਰੇ ਖਿਆਲ ਇਹਦੀਆਂ ਸਮੱਸਿਆ ਹੋਰ ਹੋਣਗੀਆਂ, ਇਹਦਾ ਕ੍ਰਾਈਸਿਸ ਹੋਰ ਹੋਊਗਾ। ਇਹਦੇ ਨਾਲ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਆਪਾਂ ਦੂਸਰੀਆਂ ਜਿਹੜੀਆਂ ਪਾਰਟੀਆਂ ਬਾਰੇ ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਕਿ ਉਹਨਾਂ ਨੇ ਕੀ ਪੰਜਾਬ ਦੇ ਨਾਲ ਕੀਤਾ, ਖੇਤੀਬਾੜੀ ਨਾਲ ਕੀ ਕੀਤਾ, ਕਿਸਾਨੀ ਦੇ ਨਾਲ ਕੀ ਕੀਤਾ। ਉਹ ਪਾਰਟੀਆਂ ਚਾਹੁਣਗੀਆਂ ਕਿ ਪੰਗਾ ਖੜਾ ਹੋਵੇ, ਸੈਂਟਰ ਚਾਹੂਗਾ ਵੀ ਇਹਨੂੰ ਇੱਥੇ ਘੇਰਿਆ ਜਾਵੇ, ਕਿਉਂਕਿ ਹੋਰ ਮਸਲੇ ਜਿਹੜੇ ਆ ਉਹ ਅਜੇ ਓਨੇ ਇੰਪੋਰਟੈਂਟ ਹੈਗੇ ਆ। ਇਸ ਕਰਕੇ ਮੈਨੂੰ ਇਹ ਲੱਗਦਾ ਵੀ ਸਾਰੀਆਂ ਧਿਰਾਂ ਨੂੰ, ਸਿਰਫ ਇਹ ਨਹੀਂ ਹੈਗਾ, ਬਹੁਤ ਲੰਮਾ ਸਮਾਂ ਇਹ ਗੱਲ ਬਹੁਤ ਪੱਕੀ ਹੈਗੀ ਆ ਕਿ ਜਦੋਂ ਲੋਕਾਂ ਪਰਸੈਪਸ਼ਨ ਬਹੁਤ ਇੰਪੋਰਟੈਂਟ ਹੈ, ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਭਾਈ ਇਹ ਪੋਲੀਟਿਕਸ ਫੋਰ ਦਾ ਸੇਕ ਆਫ ਪੋਲੀਟਿਕਸ ਹੈਗੀ ਆ, ਜਦੋਂ ਲੋਕਾਂ ਦੀ ਸਪੋਰਟ ਨਾ ਮਿਲੇ, ਜਨ ਸਧਾਰਨ ਦੀ ਸਪੋਰਟ ਨਾ ਮਿਲੇ, ਅਤੇ ਜਿਹੜੇ ਅੰਦੋਲਨ ਹੁੰਦੇ ਆ ਬਹੁਤਾ ਲੰਮਾ ਸਮਾਂ ਸਸਟੇਨ ਨਹੀਂ ਕਰਦੇ। ਆਪਾਂ ਦੇਖਿਆ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸੀਗਾ, ਏਡੇ ਵੱਡੇ ਅੰਦੋਲਨ ਦੇ ਜਿਹੜੇ ਹੈਗੇ ਸੀਗੇ ਪੈਰੋਕਾਰ ਸੀਗੇ, ਉਹਨਾਂ ਨੂੰ ਕੀ ਰਿਸਪੋਂਸ ਦਿੱਤਾ, ਕਿਵੇਂ ਰਿਸਪੋਂਡ ਕੀਤਾ। ਇਹੀ ਹਾਲ ਜਿਹੜਾ ਵਾ ਅੰਦੋਲਨਾਂ ਦਾ ਹੁੰਦਾ ਵਾ। ਅੰਦੋਲਨ ਸਿਰਫ ਜਿਹੜੇ ਆ ਜਨ ਜਿਹੜੀ ਹੈਗੀ ਸਮਰਥਨ, ਜਾਂ ਜਿੰਨਾ ਚਿਰ ਜਨ ਅੰਦੋਲਨ ਨਹੀਂ ਬਣਦੇ ਉਨਾ ਚਿਰ ਉਹ ਸਸਟੇਨ ਨਹੀਂ ਕਰਦੇ, ਲੰਮਾ ਸਮਾਂ ਨਹੀਂ ਚੱਲਦੇ। ਅਤੇ ਮੈਨੂੰ ਇਹ ਲੱਗਦਾ ਕਿ ਇਹ ਚੀਜ਼ ਜਿਹੜੇ ਹੈਗੇ ਆ ਕਿਸਾਨਾਂ ਨੂੰ, ਖਾਸ ਕਰਕੇ ਜਦੋਂ ਉਹ ਇੱਦਾਂ ਦਾ ਫੈਸਲਾ ਲੈਂਦੇ ਆ, ਉੱਥੇ ਧਰਨਾ ਲਾਉਣ ਦੀ ਗੱਲ ਕਰਦੇ ਆ, ਅਤੇ ਉਹ ਕਿੰਨਾ ਕੁ ਨੂੰ ਸਸਟੇਨ ਕਰ ਸਕਣਗੇ। ਅਜਿਹਾ ਨਾ ਹੋਵੇ ਕਿ ਕਿਤੇ ਉਹ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ, ਅਤੇ ਜਦੋਂ ਸ਼ੇਰ ਆ ਗਿਆ ਤਾਂ ਫਿਰ ਮੁੜ ਕੇ ਉੱਥੇ ਪਹੁੰਚੇ ਕੋਈ ਨਾ। ਤੋ ਇਸ ਕਰਕੇ ਇਹ ਜਿਹੜਾ ਇਹ ਸਾਰਾ ਵਰਤਾਰਾ ਹੈ, ਇਹਨੂੰ ਰਿਜ਼ਰਵ ਰੱਖਣਾ ਚਾਹੀਦਾ। ਹੋਰ ਬਹੁਤ ਸਾਰੇ ਪ੍ਰੈਸ਼ਰਸ ਹੈਗੇ ਆ, ਪਬਲਿਕ ਓਪੀਨੀਅਨ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ, ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਜੇ ਲੋਕ ਤੁਹਾਡੇ ਨਾਲ ਨਹੀਂ ਆਉਂਦੇ ਜਾਂ ਲੋਕ ਤੁਹਾਡੇ ਬਾਰੇ ਹੋਰ ਤਰੀਕੇ ਨਾਲ ਸੋਚਦੇ ਆ, ਮੈਂ ਸੁਣ ਰਿਹਾ ਲੋਕਾਂ ਤੋਂ ਇਹ ਗੱਲਾਂ, ਯਾਰ ਇਹ ਜ਼ਿਆਦਤੀ ਹੋ ਰਹੀ ਆ, ਵੀ ਇਹ ਥੋੜ੍ਹਾ ਜਿਹਾ ਸਮਾਂ ਉੱਦਾਂ ਤਾਂ ਨਹੀਂ ਖੁੱਲ੍ਹ ਕੇ ਕਹਿੰਦੇ, ਫਿਰ ਉਹ ਜਿਹੜਾ ਹੁੰਦਾ ਤੁਹਾਨੂੰ, ਜਿਹੜਾ ਤੁਹਾਡਾ ਅੰਦੋਲਨ ਵੀ ਹੁੰਦਾ ਜਾਂ ਤੁਹਾਡਾ ਏਜੰਡਾ ਹੁੰਦਾ, ਬਹੁਤ ਵਧੀਆ ਹੈ, ਕਿਸਾਨੀ ਦੇ ਮੁੱਦੇ ਤੁਸੀਂ ਉਠਾ ਰਹੇ ਜੋ, ਔਰ ਜੇ ਤੁਸੀਂ ਉਠਾਉਂਦੇ ਜੋ ਤਾਂ ਮੈਂ ਇੰਸਪਾਇਰ ਕਰਦਾ ਵਾ ਹੋਰਨਾਂ ਸਟੇਟਾਂ ਦੇ ਕਿਸਾਨਾਂ ਨੂੰ ਵੀ। ਪਰ ਇਹਦੇ ਵਿੱਚ ਵੀ ਬਹੁਤ ਸਾਰੀ ਸੋਚ ਸਮਝਣ ਵਾਲੀ ਗੱਲ ਹੈਗੀ ਹੈ, ਜੋ ਰਾਜਨੀਤੀ ਕਰਨ ਵਾਲੀ ਗੱਲ ਨਹੀਂ ਹੈਗੀ, ਬਹੁਤ ਅੱਗੇ ਆਣ ਕੇ ਜਿਹੜਾ ਇਸ ਕਿਸਮ ਦੀਆਂ ਸਟੇਟਮੈਂਟ ਦੇਣ ਦੀ ਲੋੜ ਨਹੀਂ ਹੈਗੀ, ਕਿਉਂਕਿ ਹੋ ਸਕਦਾ ਕੁਝ ਲੋਕਾਂ ਨੂੰ ਇੰਨੀ ਕੁ ਹੋਵੇ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰਾ ਮੀਡੀਆ
ਜਿਹੜਾ ਹੈਗਾ ਸੀ ਨੇੜੇ ਰਹਿੰਦਾ ਸੀਗਾ ਨੈਸ਼ਨਲ ਲੈਵਲ ਦੇ ਉੱਤੇ, ਹੁਣ ਇਹ ਵੀ ਹੁੰਦਾ ਵੀ 3-4 ਮਹੀਨੇ ਤੋਂ ਕੋਈ ਬਹੁਤ ਇਸ ਕਿਸਮ ਦੀ ਖਬਰ ਜਿਹੜੀ ਆ ਬ੍ਰੇਕਿੰਗ ਨਿਊਜ਼ ਨਹੀਂ ਦਿੱਤੀ ਗਈ ਜਾਂ ਲੀਕ ਨਹੀਂ ਕੀਤੀ ਗਈ, ਅਤੇ ਇਸ ਕਿਸਮ ਦਾ ਵਰਤਾਰਾ ਜਿਹੜਾ ਹੈਗਾ ਜਾਂ ਇਸ ਕਿਸਮ ਦੀ ਜਿਹੜੀ ਅਪਰੋਚ ਆ ਉਹ ਤੋਂ ਅਵੋਇਡ ਕਰਨਾ ਚਾਹੀਦਾ ਜੀ। ਸ਼ੁਕਰੀਆ ਸਭ, ਧੰਨਵਾਦ ਤੁਹਾਡਾ।